ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ, ਤੇਰਾ ਨਾਮ ਗੁਰਪ੍ਰੀਤ ਸਿੰਘ ਹੈ? ਪੂਰਾ ਨਾਮ ਕੀ ਹੈ ਉਹ ਦੱਸ। ਮੈਡਮ, ਮੇਰਾ ਪੂਰਾ ਨਾਮ ਗੁਰਪ੍ਰੀਤ ਸਿੰਘ ਬਰਾੜ ਹੈ। ਅੱਛਾ, ਕਿਹੜੇ ਪਿੰਡ ਤੋਂ ਹੈ ਤੂੰ? ਮੈਂ ਪਿੰਡ ਕਾਦੀਆਂ ਧਾਲੀਵਾਲ ਜਲੰਧਰ ਦਾ ਰਹਿਣ ਵਾਲਾ ਹਾਂ। ਵਾਹ, ਤੈਨੂੰ ਸਾਰਾ ਕੁਝ ਯਾਦ ਹੈ। ਹਾਂਜੀ ਹੈ। ਤੇ ਤੇਰੇ ਮੰਮੀ ਡੈਡੀ? ਮੇਰੇ ਮੰਮੀ ਡੈਡੀ ਦੀ ਛੋਟੇ ਹੁੰਦੇ ਐਕਸਪਾਇਰ ਹੋ ਗਏ ਸੀ। ਅੱਛਾ, ਮੈਂ ਆਪਣੇ ਤਾਇਆ ਤਾਏ ਜੀ ਕੋਲ ਰਹਿਣਾ। ਅੱਛਾ, ਘਰ ਵਿੱਚ ਕੌਣ ਕੌਣ ਹੈ? ਮੇਰੇ ਤਾਏ ਜੀ, ਮੇਰੀ ਹਾਂ ਤਾਈ ਜੀ, ਹਾਂ, ਇੱਕ ਸਾਡੀ ਮਾਤਾ ਜੀ ਅੱਛਾ, ਬੇਬੇ, ਤੇ ਅੱਛਾ, ਇੱਕ ਮੇਰਾ ਬ੍ਰਦਰ, ਕਜ਼ਨ ਬ੍ਰਦਰ। ਕਜ਼ਨ ਬ੍ਰਦਰ ਵੀ ਤੇਰਾ ਉੱਥੇ ਰਹਿੰਦਾ? ਡੌਗਸ ਵੀ ਹੈਗੇ ਤਿੰਨ। ਤਿੰਨ ਡੌਗਸ ਵੀ ਹੈਗੇ ਨੇ? ਹਾਂਜੀ। ਅੱਛਾ, ਤੇ ਤੂੰ ਬੜਾ ਸ਼ਰਾਰਤੀ ਲੱਗ ਰਿਹਾ ਹੈ। ਕਿੰਨੀ ਪੜ੍ਹਾਈ ਕੀਤੀ ਹੈ ਤੂੰ? ਮੈਂ BCA ਕੀਤੀ ਹੋਈ ਹੈ ਜੀ। BCA ਕੀਤੀ ਹੈ? ਹਾਂਜੀ। ਬ੍ਰਹਮਾਸਤਰਾ ਸੰਸਥਾ ਵਿੱਚ ਤੂੰ ਕਿਵੇਂ ਆਇਆ? ਮੈਡਮ, ਮੈਂ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀਗਾ, ਮੈਂ ਗਲਤੀ ਨਾਲ ਦਿੱਲੀ ਪਹੁੰਚ ਗਿਆ। ਅੱਛਾ, ਉੱਥੋਂ ਦੇ ਨਾਗਰਿਕਾਂ ਨੇ ਮੈਨੂੰ ਦੇਖਿਆ, ਸੰਭਾਲਿਆ ਚੰਗੀ ਅੱਛਾ, ਤਰ੍ਹਾਂ, ਮੇਰੀ ਸੇਵਾ ਪਾਣੀ ਕੀਤੀ ਅਤੇ ਮੈਨੂੰ ਪ੍ਰਭ ਆਸਰਾ ਲੈ ਕੇ ਆਏ। ਅੱਛਾ, ਉੱਥੋਂ ਦੇ ਨਾਗਰਿਕ ਤੈਨੂੰ ਪ੍ਰਭ ਆਸਰਾ ਸੰਸਥਾ ਵਿੱਚ ਲੈ ਕੇ ਆਏ। ਤੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ? ਹਾਂਜੀ, ਮੈਂ ਡਿਪਰੈਸ਼ਨ ਚਲਾ ਗਿਆ ਸੀ। ਅੱਛਾ, ਜਿਸ ਕਰਕੇ ਮੈਨੂੰ ਉਹਨਾਂ ਨੇ ਦੇਖਿਆ, ਮੇਰੇ ਮੂੰਹ 'ਚ ਲਾਰਾਂ ਵਗ ਰਹੀਆਂ ਸਨ, ਮੈਂ ਆਪਣੇ ਬੇਸ਼ੁੱਧ ਹੋ ਚੁੱਕਾ ਸੀ ਪੂਰਾ। ਬੇਸੁੱਧ ਹੋ ਚੁੱਕਾ ਸੀ ਤੂੰ? ਹਾਂਜੀ। ਅੱਛਾ, ਤੈਨੂੰ ਕਿਵੇਂ ਪਤਾ ਚੱਲਿਆ ਤੂੰ ਬੇਸੁੱਧ ਹੋ ਗਿਆ ਸੀ? ਕਿਉਂਕਿ ਮੈਡਮ, ਮੈਨੂੰ ਜੋ ਮੈਨੂੰ ਮੈਨੂੰ ਇੰਨਾ ਤਾਂ ਪਤਾ ਲੱਗ ਰਿਹਾ ਸੀ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਆ। ਅੱਛਾ, ਇੰਨਾ ਕੁ ਤਾਂ ਮੇਰੇ ਹੋਸ਼ੋਵਾਸ ਸੀਗਾ, ਅੱਛਾ, ਬਟ ਮੈਂ ਉਦਾਂ ਬੇਸੁੱਧ ਹੋ ਚੁੱਕਾ ਸੀ। ਅੱਛਾ, ਫਿਰ ਤੂੰ ਹੁਣ ਇੱਥੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਆਇਆ ਹੈ ਨਾ? ਹਾਂਜੀ। ਤੇ ਪ੍ਰਭ ਆਸਰਾ ਸੰਸਥਾ ਵਿੱਚ ਤੂੰ ਕੀ ਮਹਿਸੂਸ ਕੀਤਾ ਇੱਥੇ? ਕਿਵੇਂ ਜੇ ਨਾਗਰਿਕ ਰਹਿ ਰਹੇ ਇੱਥੇ? ਬਹੁਤ ਵਧੀਆ ਤਰੀਕੇ ਨਾਲ ਨਾਗਰਿਕ ਰਹਿ ਰਹੇ ਨੇ। ਹਾਂ, ਇੱਥੇ ਬਹੁਤ ਵਧੀਆ, ਸਾਰਿਆਂ ਦਾ ਮਾਹੌਲ ਚਾਲ ਬਹੁਤ ਵਧੀਆ ਹੈ, ਸਾਰੇ ਲੰਗਰ ਦੇ ਵਿੱਚ ਸੇਵਾ ਕਰਦੇ ਹਨ। ਅੱਛਾ, ਅਤੇ ਕਈ ਬੰਦੇ ਡਾਲੀ ਲੈ ਕੇ ਆਉਂਦੇ ਹਨ, ਦੁੱਧ ਪ੍ਰਸ਼ਾਦੇ ਲੈ ਕੇ ਆਉਂਦੇ ਹਨ ਪਿੰਡਾਂ 'ਚੋਂ। ਅੱਛਾ, ਇੱਥੇ ਦਾ ਮਾਹੌਲ ਮੈਨੂੰ ਬਹੁਤ ਵਧੀਆ ਲੱਗਾ। ਵਧੀਆ ਲੱਗਾ, ਤੂੰ ਇੱਥੇ ਆ ਕੇ ਠੀਕ ਹੋਇਆ? ਮੈਂ ਇੱਥੇ ਆ ਕੇ ਠੀਕ ਹੋ ਗਿਆ। ਹਾਂਜੀ, ਦਵਾਈ ਵੀ ਖਾਧੀ ਸੀ ਤੂੰ ਇੱਥੇ? ਹਾਂਜੀ, ਮੈਂ ਮੇਰੀ ਦਵਾਈ ਮੈਡੀਸਨ ਚੱਲ ਰਹੀ ਆ। ਅੱਛਾ, ਜਿਹਦੇ ਕਰਕੇ ਮੈਂ ਠੀਕ ਹੋ ਗਿਆ, ਮੇਰੇ 'ਚ ਬਹੁਤ ਇੰਪਰੂਵਮੈਂਟ ਹੋ ਚੁੱਕੀ ਆ। ਅੱਛਾ, ਮਤਲਬ 99% ਇੰਪਰੂਵਮੈਂਟ ਹੋ ਚੁੱਕੀ ਆ। ਜਦੋਂ ਮੈਂ ਆਇਆ ਸੀ ਉਦੋਂ ਮੇਰਾ ਬਹੁਤ ਮੂੜੇ ਹਾਲਾਤ ਸੀ, ਤੁਸੀਂ ਜਥੇਦਾਰ ਜੀ ਤੋਂ ਪੁੱਛ ਸਕਦੇ ਹੋ ਮੇਰੇ ਕੀ ਹਾਲਾਤ ਸੀ। ਅੱਛਾ, ਤੈਨੂੰ ਪਤਾ ਜਥੇਦਾਰ ਜੀ ਦਾ ਨਾਮ ਕੀ ਹੈ? ਸ਼ਮਸ਼ੇਰ ਸਿੰਘ। ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨੇ ਆਪ ਹੀ ਦੱਸਿਆ ਮੈਂ ਕਿਹਨੇ ਹਾਲਾਤਾਂ ਦੇ ਵਿੱਚ ਮੇਰੇ ਮਾਂ ਬਾਪ ਨਹੀਂ ਸਨ, ਅਤੇ ਮੈਂ ਤਾਈ ਜੀ ਕੋਲ ਰਹਿੰਦਾ ਸੀ, ਦਾਦੀ ਜੀ ਵੀ ਨੇ ਪਰਿਵਾਰ ਵਿੱਚ, ਪਰ ਕੁਛ ਹਾਲਾਤ ਐਵੇਂ ਜਿਹੇ ਬਣੇ, ਘਰੋਂ ਬਾਹਰ ਨਿਕਲ ਗਿਆ, ਗਲਤੀ ਨਾਲ ਦਿੱਲੀ ਪਹੁੰਚ ਗਿਆ, ਜਿੱਥੇ ਸੜਕਾਂ 'ਤੇ ਰੁਲ ਰਿਹਾ ਸੀ ਉੱਥੋਂ ਦੇ ਨਾਗਰਿਕ ਇਹਨੂੰ ਪ੍ਰਭ ਆਸਰਾ ਸੰਸਥਾ ਦੇ ਵਿੱਚ ਲੈ ਕੇ ਆਏ। ਗੁਰਪ੍ਰੀਤ ਸਿੰਘ, ਤੂੰ ਗਾਣੇ ਵੀ ਗਾਉਂਦਾ ਹੁੰਦਾ? ਹਾਂਜੀ ਮੈਡਮ, ਮੈਂ ਗਾਣੇ ਵੀ ਗਾਉਂਦਾ, ਸਿੰਗਰ ਰਹਿ ਆਪਣੇ ਟਾਈਮ 'ਤੇ। ਅੱਛਾ, ਆਪਣੇ ਟਾਈਮ 'ਤੇ ਤੂੰ ਸਿੰਗਰ ਰਿਹਾ? ਹਾਂਜੀ। ਚੱਲ ਫਿਰ ਤੂੰ ਸਾਡੇ ਦਰਸ਼ਕਾਂ ਨੂੰ ਗਾਣੇ ਵੀ ਸੁਣਾ। ਠੋਕਰ ਠੋਕਰ ਖਾ ਕੇ ਉੱਠੀਏ, ਬੱਲਿਆਂ ਪੈਰ ਪਿੱਛੇ ਨਾ ਪੁੱਟੀਏ। ਠੋਕਰ ਠੋਕਰ ਖਾ ਕੇ ਉੱਠੀਏ, ਬੱਲਿਆਂ ਪੈਰ ਪਿੱਛੇ ਨਾ ਉੱਟੀਏ। ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਟੋਰ ਵੇਖ ਕੇ ਇੱਕ ਲੋਕਾਂ ਦੀ ਸੜਦੀ ਹੁੰਦੀ ਆ। ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ, ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ। ਵਾਹ, ਇਹ ਤਾਂ ਤੂੰ ਜ਼ਿੰਦਗੀ ਦਾ ਸੱਚ ਦੱਸਤਾ। ਇਹ ਠੋਕਰ ਠੋਕਰ ਖਾ ਕੇ ਉੱਠੀਏ, ਬੰਦਿਆ ਪੈਰ ਪਿੱਛੇ ਨਾ ਪੁੱਟੀਏ। ਅੱਛਾ, ਠੋਕਰ ਠੋਕਰ ਖਾ ਕੇ ਉੱਠੀਏ, ਬੰਦਿਆ ਪੈਰ ਪਿੱਛੇ ਨਾ ਪੁੱਟੀਏ। ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਅੱਛਾ, ਟੋਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ। ਅੱਛਾ, ਇਹ ਗਾਣਾ ਤੂੰ ਕਿੱਥੋਂ ਸਿੱਖਿਆ? ਮੈਮ, ਇਹ ਹਰਦੀਪ ਗਰੇਵਾਲ ਸਿੰਗਰ ਆ, ਉਹਨਾਂ ਦਾ ਸੌਂਗ ਆ, ਨੈਟ ਤੋਂ ਹੀ ਮੈਂ ਚੱਕਿਆ ਸੀ ਤੇ ਨੈਟ ਤੋਂ ਹੀ ਮੈਂ ਸਿੱਖਿਆ। ਵਾਹ, ਕੀ ਬਾਤ ਹੈ! ਮਤਲਬ ਸਮਾਜ ਵਿੱਚ
ਐਵੇਂ ਜੇ ਬੱਚੇ ਜਿਹੜੇ ਨੌਜਵਾਨ ਬੱਚੇ ਅਸੀਂ ਦੇਖ ਰਹੇ ਹਾਂ, ਕਿੰਨੇ ਸਿਆਣਾ ਬੱਚਾ ਹੈ ਪਰ ਹਾਲਾਤਾਂ ਨੇ ਇਹਨੂੰ ਕਿੱਥੇ ਬਚਾ ਦਿੱਤਾ ਸੀ। ਪ੍ਰਭ ਆਸਰਾ ਸੰਸਥਾ ਦੇ ਵਿੱਚ ਆਇਆ ਜਿੱਥੇ ਇਹਨੂੰ ਪੂਰੀ ਨਰਿਸ਼ਮੈਂਟ ਮਿਲੀ ਔਰ ਇਹ ਦੁਬਾਰਾ ਰਿਕਵਰ ਹੋ ਗਿਆ। ਅੱਜ ਆਪਣੇ ਬਾਰੇ ਦੱਸ ਰਹੇ, ਸੁਣ ਕੇ ਸਾਰੇ ਬੜੇ ਖੁਸ਼ ਹੋ ਰਹੇ ਹੋਣਗੇ ਕਿ ਅੱਜ ਤੈਨੂੰ ਲੱਗਦਾ ਕਿ ਬਹੁਤ ਸਾਰੇ ਨੌਜਵਾਨ ਜਾਂ ਹੋਰ ਲੋਕ ਵੀ ਸੜਕਾਂ ਤੇ ਰੁਲ ਰਹੇ ਨੇ। ਹਾਂਜੀ ਮੈਡਮ, ਜਿਹੜੇ ਸ਼ੈਲਟਰ ਹੋਮ ਨੇ ਉਹਨਾਂ ਦੀ ਜ਼ਰੂਰਤ ਹੈ। ਹਾਂਜੀ, ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ ਕਿ ਜਿੱਦਾਂ ਬਹੁਤ ਸਾਰੇ ਬੈਗਰ ਸੜਕਾਂ ਤੇ ਰੁਲ ਰਹੇ ਨੇ, ਹੋਰ ਵੀ ਨੌਜਵਾਨ ਕਈ ਵਾਰੀ ਆਪਾਂ ਨੂੰ ਮਿਲਦੇ ਆ ਜਿੱਦਾਂ, ਤੇ ਆਪਣਾ ਆਪਣਾ ਫਰਜ਼ ਇਹ ਬਣਦਾ ਕਿ ਆਪਾਂ ਨੂੰ ਜਿਹੜਾ ਵੀ ਕੋਈ ਮਿਲੇ, ਮੇਰਾ ਹਿਸਾਬ ਨਾਲ ਉਹਨੂੰ ਪ੍ਰਭ ਆਸਰਾ ਵਰਗਾ ਥਾਂ ਨਹੀਂ ਮਿਲ ਸਕਦਾ। ਉਹਨੂੰ ਪ੍ਰਭ ਆਸਰਾ ਆ ਜਾਵੇ, ਉਹਦਾ ਇਲਾਜ ਵੀ ਹੋਊਗਾ ਇੱਥੇ। ਪਲੱਸ ਜਿਹੜੇ ਬੈਗਰ ਨੇ ਰੋਟੀਆਂ ਮੰਗਦੇ ਫਿਰਦੇ, ਇੱਕ ਇੱਕ ਰੁਪਈਆ ਮੰਗਦੇ ਫਿਰਦੇ ਆ, ਉਹ ਸਾਰੇ ਪ੍ਰਭ ਆਸਰਾ ਆ ਜਾਣ ਤੇ ਇੱਥੇ ਸੇਵਾ ਕਰਨ ਆਪਣੀ, ਇੱਥੇ ਆ ਕੇ ਸਾਰੇ ਇੰਪਰੂਵਮੈਂਟ ਹੋ ਸਕਦੀ ਹੈ, ਸਾਰੇ ਇੰਪਰੂਵਮੈਂਟ ਹੋ ਸਕਦੀ ਹੈ। ਹਾਂਜੀ, ਤੇ ਤੂੰ ਕੀ ਕਹਿਣਾ ਚਾਹੇਂਗਾ ਸਰਕਾਰ ਨੂੰ, ਕੋਈ ਮੈਸੇਜ ਦੇਣਾ ਚਾਹਨਾ? ਹਾਂਜੀ, ਸਰਕਾਰ ਨੂੰ ਮੇਰਾ ਇਹੀ ਮੈਸੇਜ ਹੈ ਜੀ ਕਿ ਜਿੰਨੇ ਵੀ ਸੜਕਾਂ ਤੇ ਰੁਲਦੇ ਬੇਰੁਜ਼ਗਾਰ ਗਰੀਬ ਲੋਕ ਆ, ਉਹਨਾਂ ਨੂੰ ਇੱਕ ਸ਼ਰਨ ਦਿੱਤੀ ਜਾਵੇ ਤਾਂ ਕਿ ਉਹ ਰੁਲਣ ਨਾ। ਕਈ ਬੱਚੇ ਬਿਮਾਰ ਹੋ ਜਾਂਦੇ ਬਾਹਰ, ਕਈ ਬੱਚੇ ਮਰ ਜਾਂਦੇ ਆ ਛੋਟੇ ਛੋਟੇ, ਸਾਨੂੰ ਉਹਨਾਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ। ਅੱਛਾ, ਹੁਣ ਤੂੰ ਮੈਨੂੰ ਪਤਾ ਲੱਗਿਆ ਕਿ ਸਾਰਿਆਂ ਦੀ ਸੇਵਾ ਵੀ ਕਰਦਾ ਹੈ ਨਾਲ। ਹਾਂਜੀ ਹਾਂਜੀ, ਹੈ ਹਾਂਜੀ, ਮੈਂ ਸੇਵਾਵਾਂ ਕਰਦਾ ਹੈ। ਮੈਡਮ, ਮੈਂ ਲੰਗਰ ਲੈ ਕੇ ਜਾਣਾ, ਫਿਰ ਜਾ ਕੇ ਲੰਗਰ ਵਰਤਾਨਾ, ਉਸ ਤੋਂ ਬਾਅਦ ਐਂਡ ਤੇ ਜਾ ਕੇ ਲੰਗਰ ਖਾਣਾ। ਅੱਛਾ, ਹਰੇ ਕੱਲ ਸਟੋਰ ਦੀ ਵੀ ਸਫਾਈ ਕੀਤੀ ਸੀ ਸਾਰੀ। ਅੱਛਾ, ਤੇ ਹੋਰ ਵੀ ਜਿਹੜੀ ਵੀ ਸੇਵਾ ਮੈਨੂੰ ਮਿਲਦੀ ਹੈ ਮੈਂ ਸੇਵਾ ਪੂਰੀ ਤਰ੍ਹਾਂ ਨਿਭਾਉਣਾ। ਅੱਛਾ, ਤੇਰਾ ਮਨ ਕਰਦਾ ਵੀ ਮੈਂ ਸੇਵਾ ਕਰਾਂ ਕਿਉਂਕਿ ਹੁਣ ਤੂੰ ਠੀਕ ਹੋ ਗਿਆ? ਹਾਂਜੀ ਬਿਲਕੁਲ, ਹੈ ਨਾ, ਕਿਉਂਕਿ ਤੈਨੂੰ ਪਤਾ ਹੈ ਕਿ ਮੈਂ ਕਿਹੜਾ ਦੁੱਖ ਦੇਖਿਆ, ਬਾਕੀ ਸਾਰੇ ਦੇਖ ਰਹੇ ਨੇ, ਤੇ ਹੁਣ ਮੈਂ ਇਹ ਪ੍ਰਭ ਆਸਰਾ ਸੰਸਥਾ ਦੇ ਵਿੱਚ ਇੱਕ ਮੈਂਬਰ ਬਣ ਕੇ ਮੈਂ ਜੀਵਾਂ। ਹਾਂਜੀ ਹਾਂਜੀ ਹਾਂਜੀ, ਇਹ ਵੀ ਇੱਕ ਪਰਿਵਾਰ ਹੈ, ਤੇ ਅੱਜ ਅਗਰ ਪਰਿਵਾਰ ਤੋਂ ਇਨਸਾਨ ਨਿਕਲ ਜਾਂਦਾ ਹੈ ਜਦੋਂ, ਉਹਨੂੰ ਫਿਰ ਇੱਕ ਪਰਿਵਾਰ ਦੀ ਜ਼ਰੂਰਤ ਪੈਂਦੀ ਹੈ। ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਘਰ ਬਣਾ ਕੇ ਇਹਨਾਂ ਦੇ ਲਈ ਵੀ, ਜਿਹੜੇ ਨਿਆਸਰੇ ਪ੍ਰਾਣੀ ਨੇ ਉਹਨਾਂ ਦੇ ਲਈ ਵੀ ਘਰ ਬਣਾਇਆ ਜਾਏ ਤਾਂ ਜੋ ਆਪਣੀ ਸੋਹਣੀ ਜ਼ਿੰਦਗੀ ਜੀ ਸਕਣ। ਇਹ ਮਨੁੱਖਾ ਜਨਮ ਜਿਹਨੂੰ ਅਸੀਂ ਕਹਿੰਦੇ ਹਾਂ, ਦੇਵਤੇ ਵੀ ਜਿਹੜੇ ਨੇ ਤਰਸਦੇ ਨੇ ਸਾਨੂੰ ਮਨੁੱਖਾ ਦੇਹੀ ਮਿਲੇ। ਜੇ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਤੇ ਅਸੀਂ ਪਰਮਾਤਮਾ ਨੂੰ ਪਾਣਾ ਹੈ, ਪਰ ਉਹਦੇ ਲਈ ਸਾਨੂੰ ਜਿਹੜੀ ਪ੍ਰਾਇਮਰੀ ਲੋੜਾਂ ਨੇ ਸਾਡੀਆਂ, ਕੁਲੀ ਗੁਲੀ ਜੁਲੀ, ਛੱਤ ਦੀ ਜ਼ਰੂਰਤ ਹੈ ਸਾਨੂੰ, ਉਹ ਛੱਤ ਇਹਨਾਂ ਨੇ ਆਸਰੇ ਪ੍ਰਾਣੀਆਂ ਨੂੰ ਵੀ ਜ਼ਰੂਰਤ ਹੈ ਇਸ ਛੱਤ ਦੀ, ਤੇ ਅਸੀਂ ਸਾਰੇ ਕੋਸ਼ਿਸ਼ ਕਰੀਏ ਪ੍ਰਭ ਆਸਰਾ ਸੰਸਥਾ ਵਰਗਾ ਘਰ ਜਿਹੜਾ ਗੁਰਪ੍ਰੀਤ ਨੂੰ ਮਿਲਿਆ ਸਾਰਿਆਂ ਨੂੰ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।